तो छोड़ो ज्यादा आगे ना बात तू मेरे बारे नहीं जानती मैं की शह हां ਅਸੀਂ ਝਾੜਦੇ ਤੇਰੇ ਬਾਰੇ ਚੱਲ ਕੁੜੀਏ ਨਾ ਤੈਨੂੰ ਹਲੇ ਗੱਲ ਤੇ ਨਹੀਂ ਪਤਾ ਕੀ ਆ ਓ ਯਾਰ ਇੱਕ ਤਾਂ ਗਰਦ ਗੁਰਦੀ ਨੇ ਬੁਰੇ ਹਾਲ ਕਰ ਰੱਖਿਆ ਖੰਗ ਤੇ ਖਾਉਣ ਨੇ ਹਨਾ ਤਾਂ ਠੀਕ ਆ ਫਿਰ ਕੋਈ ਗੱਲ ਨਹੀਂ ਫੋਨ ਕਰਦੀ ਐ ਮੈਂ ਤੁਹਾਨੂੰ ਕਾਲ ਕਰੂੰਗਾ ਬਾਈ ਤਾਂ ਤੁਹਾਨੂੰ ਕਰ ਦਿਓ ਮੇਰਾ ਜੀ ਬਣ ਕੇ ਆ ਜਾਣਾ ਪਰ ਇਹਨੂੰ ਸਾਡਾ ਵੀ ਕਰਦੇ ਹਲ ਤਾਂ ਹੋਟਲ ਕਿਵੇਂ ਉਹ ਬਾਈ ਤੁਹਾਡੀ ਭਾਬੀ ਲੈ ਕੇ ਆਵਾਂ ਸੀ ਮੈਂ ਯਾਰ ਹੈ ਭਾਬੀ ਨੂੰ ਤੂੰ ਐ ਕਰੀਆ ਤਿੰਨ ਕੁੰਨੀ ਤੇ ਬ੍ਰੈਕਸ ਨਹੀਂ ਹੈਗਾ ਹਾਂ ਬਾਈ ਪੁਰੀ ਕਾ ਹਾਂ ਉੱਥੇ ਬਾਈ ਦੀ ਮੇਰੀ ਸਣੀ ਨਾਲ ਗੱਲ ਕਰਾ ਦੀ ਜਾ ਕੇ ਕੋਈ ਰੇਡ ਰੂਡ ਦਾ ਚੱਕਰ ਤਾਂ ਨਹੀਂ ਹੈਗਾ ਉੱਥੇ ਨਾ ਨਾ ਉਹ ਰੇਡ ਰੂਡ ਦਾ ਚੱਕਰ ਆ ਤੂੰ ਆਪਣੀ ਮੋਟਰ ਤੇ ਲਈ ਦੇਖ ਰੇਟ ਦਾ ਤਾਂ ਨਹੀਂ ਉੱਥੇ ਕੋਈ ਚੱਕਰ ਹੈਗਾ ਨਹੀਂ ਪਰ ਮੋਟਰ ਇਹਨਾਂ ਦੀ ਬਹੁਤ ਸੋਹਣੀ ਬਣੀ ਹੋਈ ਹੈ ਬਹੁਤ ਸੋਹਣੀ ਹੈ ਪੱਕੀ ਗੱਲ ਬੈੱਡ ਲੱਗਿਆ ਹੋਇਆ ਚੰਗੇ ਏਸੀ ਲਵਾ ਰੱਖਿਆ ਯਾਰ ਚਲੋ ਕਰੋ ਯਾਰ ਇੰਨਾ ਬਾਈ ਬਣ ਕੇ ਮੇਰਾ ਕੀ ਲੱਗੀ ਕਰਨਾ ਤੂੰ ਦੱਸ ਕਦੋਂ ਲੈ ਕੇ ਆਉਣਾ ਭਾਜੀ ਦੱਸ ਵੀ ਫੋਨ ਕਰਦੀ ਆ ਜੀ ਸੀਰੀ ਨੂੰ ਭੇਜ ਦਾਂਗੇ ਇਹਨਾਂ ਨੂੰ ਘਰੇ ਮੈਂ ਤੇ ਉੱਥੇ ਰਹਿ ਮੋਟਰ ਤੇ ਲੈ ਕੇ ਕਿਉਂ ਪਾਣੀ ਪੂਣੀ ਤਾਂ ਲਾਉਂਦੇ ਆ ਜੀ ਕੋਈ ਚੱਕਰ ਤਾਂ ਨਹੀਂ ਫੋਨ ਕਰ ਲਈ ਕੋਈ ਗੱਲ ਨਹੀਂ ਕੀ ਗੱਲ ਆ ਠੀਕ ਆ ਠੀਕ ਹੈ ਪਰ ਕੋਈ ਗੱਲ ਨਹੀਂ ਮੈਂ ਫੋਨ ਮਾਰਦੀ ਹਾਂ ਤੜ ਕੇ ਮੈਂ ਬਲ ਕਰੋ ਮੈਨੂੰ ਬਹੁਤ ਟੈਨਸ਼ਨ ਹੋ ਰਹੀ ਹੈ ਜਿੰਨਾ ਪਿਆਰ ਮੈਂ ਮੰਮੀ ਪਾਪਾ ਨੂੰ ਕਰਦੀ ਉਨਾ ਹੀ ਤੁਹਾਨੂੰ ਕਰਦੀ ਹਾਂ ਫਿਰ ਵਿਆਹ ਤੋਂ ਪਹਿਲਾਂ ਇਹ ਸਭ ਠੀਕ ਨਹੀਂ ਲੱਗਦਾ ਤੁਸੀਂ ਮੇਰੇ ਉਨੇ ਟੈਨਸ਼ਨ ਨਾ ਲਓ ਨਹੀਂ ਫਿਰ ਵੀ ਜੇ ਆਪਾਂ ਵਿਆਹ ਤੋਂ ਬਾਅਦ ਮਿਲੀਏ ਜੇ ਤੁਸੀਂ ਮੈਨੂੰ ਪਿਆਰ ਕਰਦੇ ਨਾ ਫਿਰ ਇਹ ਚੀਜ਼ਾਂ ਨਾ ਕਰੋ ਜੇ ਵਿਆਹ ਤੋਂ ਬਾਅਦ ਮਿਲੀਏ ਮੇਰੇ ਤੇ ਟਰਸਟ ਨਹੀਂ ਤੈਨੂੰ ਤੁਹਾਡੇ ਤੇ ਟਰਸਟ ਹੈ ਮੰਮੀ ਪਾਪਾ ਤੇ ਵੀ ਬਸ ਮੇਰੇ ਨਾਲ ਚੱਲੋ ਮੰਮੀ ਪਾਪਾ ਨੂੰ ਵੀ ਉਨਾ ਹੀ ਟਰਸਟ ਹੈ ਜਿੰਨਾ ਮੈਂ ਤੁਹਾਡੇ ਤੁਸੀਂ ਮੈਨੂੰ ਪਿਆਰ ਨਹੀਂ ਕਰਦੇ ਮੈਂ ਪਿਆਰ ਕਰਦੀ ਹਾਂ ਤੁਹਾਨੂੰ ਬਸ ਫਿਰ ਮੇਰੇ ਨਾਲ ਚੱਲੋ ਗੱਲ ਕਲੀਅਰ ਆ ਸਾਰਾ ਪ੍ਰਬੰਧ ਮੈਂ ਕੀਤਾ ਹੋਇਆ ਕੋਈ ਟੈਨਸ਼ਨ ਨਾ 1% ਵੀ ਗੱਲ ਨਹੀਂ ਹੈਗੀ ਉਹਦੇ ਵਿੱਚ ਤੁਸੀਂ ਪੱਕਾ ਮੇਰੇ ਨਾਲ ਵਿਆਹ ਕਰਾਉਣਾ ਹਾਂ ਯਾਰ ਕਲੀਅਰ ਹੈ ਮੈਂ ਤੇਰੇ ਨਾਲ ਵਿਆਹ ਕਰਾਉਣਾ ਲਾਰੇ ਤਾਂ ਨਹੀਂ ਲਾਰੇ ਨਹੀਂ ਕੋਈ ਲਾਰਾ ਨਹੀਂ ਅੱਦਾ ਹੱਦ ਆ ਮੈਂ ਤੋਂ ਲਿਖ ਕੇ ਲੈ ਲਾ ਮੈਂ ਤੇਰੇ ਨਾਲ ਹੀ ਮੈਰਿਜ ਕਰਾਉਣੀ ਪੱਕਾ ਮੇਰੇ ਨਾਲ ਹਾਂ ਪੱਕਾ ਸਭ ਕੁਝ ਤੂੰ ਹੀ ਹੈ ਮੇਰਾ A few moments later. ਕਿਉਂ ਓਏ ਭਰਜਾਈ ਨੂੰ ਮਿਲਣ ਗਿਆ ਕੀ ਬਣਾਇਆ ਬਾਈ ਜਮਾ ਤਾਰ ਤਾਂ ਜਮੀ ਨਿਆਰਾ ਆ ਗਿਆ ਸਿਰਾ ਲੱਗ ਗਿਆ ਕੰਮ ਜਮਾ ਚ ਤਾਂ ਬਾਈ ਤੇਰੀ ਬਹੁਤ ਕਿਰਪਾ ਹੋਈ ਹੈ ਬੰਦੇ ਤੇ ਯਾਰ ਦਿੱਤਾ ਫਿਰ ਮੋਟਰ ਨੇ ਨਜ਼ਾਰਾ ਬਾਈ ਕਾਹ ਨੂੰ ਪੁੱਛਦਾ ਮੈਂ ਰੈਸਟੋਰੈਂਟ ਤੇ ਵੱਧ ਕੇ ਖਿੱਚੀ ਬਾਈ ਕੋਈ ਕਮੀ ਤਾਂ ਨਹੀਂ ਜੀ ਕੋਈ ਕਮੀ ਨਹੀਂ ਸੀ ਬਾਈ ਜਮਾ ਸਿਰਾ ਲਾਤਾ ਸੀ ਠੀਕ ਹੈ ਜਮਾ ਬਾਈ ਓਕੇ ਹੈ ਤੇ ਪਾਰਟੀ ਪਾਰਟੀ ਕਰਦਾ ਥੋੜਾ ਇਹ ਕੰਮ ਔਖਾ ਚੱਲ ਗਿਆ ਮੈਨੂੰ ਪਤੀ ਆ ਉਹ ਤੈਨੂੰ ਕਹਦਾ ਘੱਟ ਹੈ ਨਾਲੇ 10-11 ਸਹੇਲੀਆਂ ਤੇਰੀਆਂ ਆ ਜਿਹੜੀ ਤੂੰ ਮਰਜ਼ੀ ਪੈਸੇ ਫੜ ਲੈ ਉਹ ਤਾਂ ਗੱਲ ਹੈ ਪਰ ਮੈਂ ਕਹਿੰਦਾ ਕਿਸ ਤੋਂ ਪੈਸੇ ਮੰਗੇ ਨਹੀਂ ਬਈ ਯਾਰ ਉਹ ਤਾਂ ਮੰਗਣੇ ਹੁਣ ਵੀ ਨਹੀਂ ਆਪ ਹੋਣਗੇ ਤੇਰੇ ਕੋਲੇ ਪੈਸੇ ਚੱਲ ਕੇ ਉਹ ਕਿਵੇਂ ਬਈ ਤੂੰ ਮੈਨੂੰ ਐਂ ਦੱਸ ਜਿਹੜੀ ਅੱਜਣ ਮਰ ਕੇ ਇਹਦੇ ਨਾਲ ਵਿਆਹ ਤਾਂ ਨਹੀਂ ਕਰਾਉਣਾ ਬਈ ਕਰਾਉਣਾ ਤਾਂ ਹੈ ਯਾਰ ਪਰ ਕੀ ਕਰੀਏ ਯਾਰ ਕਿੰਨੇ ਦਾ ਫੋਟੋ ਫੋਟੋ ਤਾਂ ਲੈ ਖਿੱਚ ਕੇ ਫੋਟੋ ਲੈਣੀ ਦਿਖਾ ਜਾ ਬਈ ਆ ਫੋਟੋ ਦੇਖ ਲੈ ਅੱਗੇ ਨਾ ਕਰੀਂ ਅੱਗੇ ਨਾ ਕਰੀਂ ਬਈ ਯਾਰ ਬਸ ਇਹ ਦੇਖ ਲੋ ਪੱਕੀ ਗੱਲ ਹੈ ਜਮਾ ਪੱਕੀ ਗੱਲ ਹੈ ਪਾਰਟੀ ਕਦੋਂ ਕਰਨੀ ਹੈ ਹੈਲੋ ਹਾਂ ਮਾਹੀ ਕਿਵੇਂ ਆ ਹਾਂਜੀ ਵਧੀਆ ਸਰ ਤੁਸੀਂ ਦੱਸੋ ਹਾਂ ਹਾਂ ਠੀਕ ਆ ਵਧੀਆ ਤੇ ਯਾਰ ਇੱਕ ਕੰਮ ਸੀ ਮਾਹੀ ਹਾਂਜੀ ਯਾਰ ਪੈਸੇ ਚਾਹੀਦੇ ਆ ਪੈਸੇ ਨਹੀਂ ਪੈਸੇ ਤਾਂ ਨਹੀਂ ਹੈਗੇ ਮੈਨੂੰ ਨਹੀਂ ਪਤਾ ਯਾਰ ਮੈਨੂੰ ਨਹੀਂ ਪਤਾ ਕਿੱਥੋਂ ਮਰਜ਼ੀ ਲੈ ਕੇ ਆ ਪਰ ਮੈਨੂੰ ਪੈਸੇ ਚਾਹੀਦੇ ਆ ਨਹੀਂ ਹਾਲੇ ਤਾਂ ਜੋਬ ਵੀ ਨਹੀਂ ਲੱਗੀ ਨਾ ਕੋਈ ਉਹ ਮੇਰੀ ਟੈਨਸ਼ਨ ਨਹੀਂ ਤੇਰੀ ਟੈਨਸ਼ਨ ਹੈ ਕਿੱਥੋਂ ਲੈ ਕੇ ਆਉਣਾ ਕਿੱਥੋਂ ਨਹੀਂ ਲੈ ਕੇ ਆਉਣਾ ਨਹੀਂ ਸੋਰੀ ਪੈਸੇ ਤਾਂ ਨਹੀਂ ਹੈਗੇ ਕਿ ਤੈਨੂੰ ਮੈਨੂੰ ਪੈਸੇ ਚਾਹੀਦੇ ਆ ਤਾਂ ਚਾਹੀਦੇ ਬਸ ਹਾਂ ਕੱਲ ਨੂੰ ਮੈਨੂੰ ਪੈਸੇ ਚਾਹੀਦੇ ਚੁੱਪ ਕਰਕੇ ਮੈਨੂੰ ਪੈਸੇ ਦੇ ਕੇ ਜਾ ਮਤਲਬ ਤੇਰੀ ਕਹਿਣ ਦਾ ਕੀ ਮਤਲਬ ਹੈ ਦੇਖ ਪਿਆਰ ਨਾਲ ਦੇਣੇ ਤਾਂ ਪਿਆਰ ਨਾਲ ਦੇ ਦੇ ਪੈਸੇ ਨਹੀਂ ਤੇਰੀਆਂ ਮੈਂ ਆਪਾਂ ਉਹਦੇ ਮਿਲੇ ਸੀ ਉਹ ਪਿਕਸ ਮੇਰੇ ਕੋਲ ਪਈਆਂ ਨੇ
ਹਾਂ ਮੈਂ ਵਾਇਰਲ ਕਰ ਦੇਣੀ ਹੈ ਨਹੀਂ ਤਾਂ ਉਹ ਚਾੜ ਕੇ ਕਨੈਕਟ ਕਰ। ਅੱਛਾ ਤਾਂ ਹੁਣ ਤੁਹਾਡਾ ਆਰੋਪ ਵੀ ਹੈ। ਮੈਨੂੰ ਪੈਸੇ ਦੇ ਬਸ, ਨਹੀਂ ਮੈਂ ਤੇਰੇ ਪਿੱਕ ਵਾਇਰਲ ਕਰੂੰਗਾ। ਕਰ ਲਓ ਜੋ ਕੁਛ ਕਰਨਾ ਤੁਸੀਂ, ਮੈਂ ਪੈਸੇ ਨਹੀਂ ਦੇਣੇ। ਹੈਲੋ, ਹਾਂ ਫੋਨ ਕੱਟਤਾ ਸੀ, ਦੇਖ ਮੈਂ ਤੈਨੂੰ ਪਹਿਲਾਂ ਵੀ ਆਖਿਆ ਅਤੇ ਹੁਣ ਵੀ ਕਹਿਣਾ, ਕੱਲ੍ਹ ਨੂੰ 10 ਵਜੇ ਪੈਸੇ ਲੈ ਕੇ ਸੁੱਖ ਰੈਸਟੋਰੈਂਟ 'ਚ ਪਹੁੰਚ, ਠੀਕ ਹੈ। ਹਾਂ ਜੇ ਤੂੰ 5-6 ਮਿੰਟ ਵੀ ਲੇਟ ਹੋਈ 10 ਵਜੇ ਤੋਂ ਬਾਅਦ, ਠੀਕ ਹੈ। ਉਦੋਂ ਬਾਅਦ ਦੇ ਵਿੱਚ ਤੇਰੇ ਜਿਹੜੇ ਪਿਕਸ ਨੇ ਮੇਰੇ ਕੋਲ ਮੈਂ ਵਾਇਰਲ ਕਰ ਦੂੰਗਾ। ਪਿਆਰ ਨਾਲ ਪੈਸੇ ਵਧੀਆ ਗੱਲ ਨਹੀਂ, ਬਲੈਕਮੇਲ ਹੋ ਗਈ ਤਾਂ ਪੈਸੇ ਦੇਗੀ ਤੂੰ। ਪੈਸੇ ਪੂਰੇ ਆ? ਪੂਰੇ ਆ। ਤੂੰ ਇੰਨਾ ਮਤਲਬ ਨਿਕਲੇਂਗਾ ਮੈਂ ਕਦੇ ਸੋਚਿਆ ਹੀ ਨਹੀਂ ਸੀਗਾ। ਮੈਨੂੰ ਯਕੀਨ ਹੀ ਨਹੀਂ ਹੋ ਰਿਹਾ ਤੁਸੀਂ ਉਹ ਇਨਸਾਨ ਹੋ ਜਿਹਨਾਂ ਮੈਂ ਪਿਆਰ ਕੀਤਾ ਸੀ। ਅੱਛਾ, ਤੂੰ ਇੰਨਾ ਬਦਲ ਜਾਏਗਾ ਮੈਂ ਕਦੇ ਸੋਚਿਆ ਹੀ ਨਹੀਂ ਸੀਗਾ। ਅੱਜ ਕੱਲ੍ਹ ਚੱਲਦੀ ਇੱਦਾਂ। ਤੇਰੇ ਲਈ ਪੈਸੇ ਸਭ ਕੁਛ ਹੈ? ਹਾਂ ਮੇਰੇ ਲਈ ਸਭ ਕੁਛ ਪੈਸੇ ਹੀ ਆ, ਬਾਕੀ ਤੇਰੇ ਵਰਗੀਆਂ ਮੇਰੇ ਲਈ ਸ਼ਕਤੀ ਹੁੰਦੀਆਂ ਨੇ, ਠੀਕ ਹੈ। ਹੁਣ ਜ਼ਿਆਦਾ ਡਰਾਮੇ ਨਾ ਕਰ, ਤੂੰ ਇੱਥੋਂ ਜਾ, ਠੀਕ ਹੈ ਨਾ। ਪਹਿਲਾਂ ਮੇਰੀ ਪਿੱਕ ਸਾਰੀਆਂ ਡਿਲੀਟ ਕਰ ਦਿਓ ਜਿੰਨੀਆਂ। ਕੋਈ ਨਾ ਆਪੇ ਕਰ ਦੂੰਗਾ ਮੈਂ। ਹੁਣੇ ਕਰੋ। ਮੈਂ ਥੋੜ੍ਹਾ ਬੀਜੀ ਹਾਂ, ਬਾਅਦ ਵਿੱਚ ਕਰ ਦੂੰ ਕਹਿਤਾ ਨਾ ਮੈਂ। ਹੁਣੇ ਕਰੋ। ਨਹੀਂ ਬਾਅਦ ਵਿੱਚ ਕਰ ਦੂੰਗਾ। ਹੁਣੇ ਕਰ ਦੂੰਗਾ। ਜ਼ਿਆਦਾ ਅੱਗੇ ਨਾ ਵੱਧ, ਤੂੰ ਮੇਰੇ ਬਾਰੇ ਨਹੀਂ ਜਾਣਦੀ ਮੈਂ ਕੀ ਸ਼ਹਿ ਹਾਂ। ਹਾਂ ਓਏ, ਅਸੀਂ ਜਾਣ ਲੈ ਤੇਰੇ ਬਾਰੇ, ਚੱਲ ਕੁੜੀਏ ਤੂੰ ਜਾ। ਹਾਂ ਓਏ, ਕੀ ਹੈ? ਕੀ ਗੱਲ ਹੋ ਗਈ ਜੀ? ਤੈਨੂੰ ਹਲੇ ਗੱਲ ਤਾਂ ਹੀ ਨਹੀਂ ਪਤਾ ਕੀ ਹੋ ਗਈ? ਚੱਲ ਖੜਾ ਹੋ, ਫੜੋ ਇਹਨੂੰ। ਤੂੰ ਫਿਕਰ ਨਾ ਕਰ, ਮੈਂ ਕਰਦਾ ਕੋਈ ਗੱਲ। ਤੂੰ ਮੇਰੀਆਂ ਭੈਣਾਂ ਦੀ ਥਾਂ 'ਤੇ ਹੈ, ਪੁਲਿਸ ਮੁਲਾਜ਼ਮਾਂ ਨਾਲ ਹੈਗੀ ਹੈ ਮੇਰੀ ਜਾਣ ਪਛਾਣ, ਹਰਵਿੰਦਰ ਮੇਰਾ ਮਿੱਤਰ ਆ, ਮੈਂ ਕਰਦਾ ਉਹਨਾਂ ਗੱਲ, ਠੀਕ ਆ। ਆਹ ਚੱਕ ਪੈਸੇ, ਇਹ ਪੈਸੇ ਲੈ ਕੇ ਕੱਲ੍ਹ ਉਹ ਮੁੰਡੇ ਕੋਲ ਚੱਲ ਜਾਈ, ਮੈਂ ਹਰਵਿੰਦਰ ਨੂੰ ਲੈ ਕੇ ਮੌਕੇ 'ਤੇ ਪਹੁੰਚ ਜੂੰਗਾ, ਡਰੀ ਨਾ, ਠੀਕ ਆ। ਮੈਂ ਹੈਗਾ, ਹੁਣ ਤੂੰ ਜਾ, ਬਾਕੀ ਕੰਮ ਮੇਰਾ। ਥੱਬਾ ਨੋਟਾਂ ਦਿੱਤਾ ਜਨਾਬ, ਫਿਰ ਇੱਥੇ ਪਹੁੰਚੇ ਆ। ਹੁਣ ਫਿਰ ਲੋਕਾਂ ਤੋਂ ਬੁਰੇ ਕਰੇਗਾ, ਫਿਰ ਖਰਚਾ ਪਾਣੀ ਤਾਂ ਹੁਣ ਕੱਢਣਾ ਹੀ ਹੈ। ਚੱਲ ਐ ਕਰ, ਆ ਦੇਖ ਕਿਹਦਾ ਕੁਛ ਆ, ਮੁਨਸੀ ਕੋਲੇ ਲੈ ਕੇ ਜਾਏ। ਜਨਾਬ ਜੀ, ਚੀਜੀ ਦਾ ਘੰਟਾ ਸਾਲਾ, ਚੀਜੀ ਦਾ ਡਿਊਟੀ ਕਰ ਲੈ।